ਕਾਤਲ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹੁਣ ਘਰ ਤੋਂ ਇੱਕ ਬੱਚਾ ਜਦੋਂ ਨੋਟਸ ਲੈਣ ਦੇ ਲਈ ਨਿਕਲਿਆ ਤਾਂ ਰਸਤੇ ਦੇ ਵਿੱਚ ਉਸ ਨੂੰ ਵੀ ਚਾਈਨਾ ਡੋਰ ਨੇ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬਾਈਕ ਤੇ ਸਵਾਰ ਹੋ ਕੇ ਇਹ ਬੱਚਾ ਕਿਸੇ ਦੋਸਤ ਦੇ ਘਰ ਨੋਟਸ ਲੈਣ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਜਦੋਂ ਇਹ ਜਾ ਰਿਹਾ ਸੀ ਤਾਂ ਅਚਾਨਕ ਇਸ ਦੇ ਗਲੇ ਦੇ ਵਿੱਚ ਚਾਈਨਾ ਦੀ ਡੋਰ ਲਿਪਟ ਜਾਂਦੀ ਹੈ ਤੇ ਇਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਗਨੀਮਤ ਰਹੀ ਹੈ ਕਿ ਇਸਦੀ ਸਾਹ ਦੀ ਨਾੜੀ ਬਚ ਗਈ, ਕਿਉਂਕਿ ਗਲੇ ਦੇ ਵਿੱਚ ਡੋਰ ਲਿਪਟਣ ਦੇ ਕਾਰਨ ਇਹ ਬੱਚਾ ਜ਼ਮੀਨ ਤੇ ਡਿੱਗ ਗਿਆ। ਰਾਹਗੀਰਾਂ ਦੀ ਮਦਦ ਦੇ ਨਾਲ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜਾ ਕੇ ਤੁਰੰਤ ਡਾਕਟਰਾਂ ਨੇ ਇਸ ਨੂੰ ਪੱਟੀ ਕੀਤੀ ਅਤੇ ਜਦ ਦੇਖਿਆ ਕਿ ਇਸਦੀ ਮੇਨ ਸਾਹ ਦੀ ਨਾੜੀ ਸਿਰਫ ਕੁਝ ਪਰਸੈਂਟ ਹੀ ਬਚੀ ਸੀ, ਤਾਂ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਡਾਕਟਰਾਂ ਨੇ ਮੋਰਚਾ ਸਾਂਭਿਆ ਅਤੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਕਿ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਕ ਹੋਰ ਮਾਸੂਮ ਜੋ ਹੈ ਇਸਦੇ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਜੇਕਰ ਬੀਤੇ ਦਿਨਾਂ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੱਚਾ ਜਦੋਂ ਆਪਣੇ ਦੋਸਤ ਦੇ ਨਾਲ ਬਾਈਕ 'ਤੇ ਜਾ ਰਿਹਾ ਸੀ ਤਾਂ ਉਸਦੇ ਵੀ ਗਲੇ ਦੇ ਵਿੱਚ ਚਾਈਨਾ ਦੀ ਡੋਰ ਲਿਪਟ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਉਸਦੀ ਜਾਨ ਚਲੀ ਜਾਂਦੀ ਹੈ। ਤਾਂ ਦੱਸ ਦਈਏ ਕਿ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸਦੀ ਜਾਨ ਗਈ ਹੈ। ਜਿੱਥੇ ਲਗਾਤਾਰ ਚਾਈਨਾ ਡੋਰ ਦੇ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਨੇ, ਉੱਥੇ ਹੀ ਧੜੱਲੇ ਦੇ ਨਾਲ ਹਾਲੇ ਵੀ ਕਿਤੇ ਨਾ ਕਿਤੇ ਚਾਈਨਾ ਡੋਰ ਵਿਕਦੀ ਨਜ਼ਰ ਆ ਰਹੀ ਹੈ। ਕਿਉਂਕਿ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਨੱਥ ਪਾਈ ਜਾ ਰਹੀ ਹੈ, ਪਰ ਜਦੋਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦਾਅਵਿਆਂ ਅਤੇ ਵਾਅਦਿਆਂ ਦੇ ਉੱਤੇ ਵੀ ਸਵਾਲੀਏ ਨਿਸ਼ਾਨ ਲੱਗਣੇ ਲਾਜ਼ਮੀ ਨੇ। ਘਰੋਂ ਨੋਟਿਸ ਕਢਾਉਣ ਹੀ ਗਿਆ ਹੈ, ਅੱਗੋਂ ਨਹੀਂ ਮਿਲਦਾ ਰਸਤੇ 'ਚ, ਪਤਾ ਕੀ ਹੋਇਆ ਕੀ ਨਹੀਂ ਹੋਇਆ। ਜੇ ਡੋਰ ਗਿਰੀ ਉਹ ਦੇਖ ਲਓ, ਕੰਪਟੀਸ਼ਨ ਥੀਏਟਰ 'ਚ ਗਿਆ ਕਰੋ, ਸਾਨੂੰ ਇਨਸਾਫ ਹੀ ਚਾਹੀਦਾ। ਡੋਰ ਭਾਈ ਅਸੀਂ ਬਾਹਰ ਬੈਠੇ ਸੀ ਮਾਰਕੀਟ, ਧਰਮਨਗਰ ਹੀ ਹਾਦਸਾ ਹੋਇਆ ਜੀ, ਪੰਜ ਪੀਰ ਰੋਡ 'ਤੇ ਤਹਿਸੀਲ ਦੀ ਬੈਕ ਸਾਈਡ ਜੀ। ਅਸੀਂ ਬਾਹਰ ਬੈਠੇ ਸੀ, ਅਸੀਂ ਮਾਰਕੀਟ ਵਾਲੇ ਹਾਂ, ਲੜਕਾ ਬਾਈਕ 'ਤੇ ਜਾ ਰਿਹਾ ਸੀ ਇਹ, ਅਤੇ ਅਚਾਨਕ ਇਹ ਵਾਲੀ ਡੋਰ ਸੀ, ਬੇਰੀ ਹੈਗੀ ਸੀ ਉੱਥੇ, ਬੇਰੀ ਦੇ ਨਾਲ ਐਵੇਂ ਲਟਕੀ ਹੋਈ ਸੀ, ਦੇਖ ਨਹੀਂ ਰਹੀ ਸੀ, ਪਤੰਗ ਟੁੱਟੀ ਸੀ ਅਤੇ ਉਹ ਲਟਕ ਰਹੀ ਸੀ ਐਵੇਂ। ਅਚਾਨਕ ਇਹ ਲੜਕਾ ਆ ਰਿਹਾ ਸੀ ਬਾਈਕ 'ਤੇ, ਇਹਦੇ ਗਲੇ 'ਤੇ ਲੱਗੀ, ਇਹ ਸਾਡੇ ਕੋਲ ਆ ਕੇ ਡਿੱਗ ਗਿਆ, ਇੱਕੋਦਮ ਬਾਈਕ ਇਹਦਾ ਬੈਲੈਂਸ ਆਊਟ ਹੋ ਗਿਆ ਇਹਦਾ, ਅਤੇ ਸਾਡੇ ਕੋਲ ਆ ਕੇ ਡਿੱਗ ਗਿਆ ਜੀ। ਇਹ ਬਹੁਤ ਖਤਰਨਾਕ ਡੋਰ ਹੈ, ਤੁਸੀਂ ਆਹ ਵੇਖੋ ਜੀ, ਚਾਈਨਾ ਡੋਰ ਹੈ ਜਿਹੜੀ, ਗਲਾ ਤਾਂ ਬਹੁਤ ਡੂੰਘਾ ਵੱਡਿਆ ਗਿਆ, ਦੇਖ ਰਿਹਾ ਸੀ ਬਲੈਡਿੰਗ ਹੋ ਰਹੀ ਸੀ, ਰੁਮਾਲ ਨਾਲ ਵੀ ਨਹੀਂ ਖੂਨ ਰੁਕ ਰਿਹਾ ਸੀ ਜੀ, ਡਬਲ ਰੁਮਾਲ ਕਰ ਲਿਆ ਸੀ ਲੜਕੇ ਨੇ, ਐਵੇਂ ਲਾਇਆ ਤਾਂ ਵੀ ਰੁਕ, ਬਹੁਤ ਕਟਿੰਗ ਹੋਈ ਜਿਹੜੇ ਗਲੇ। ਸਰ ਨਾਗਪਾਲ ਹੋਸਪਿਟਲ ਲੈ ਕੇ ਆਏ ਜੀ। ਸਰ ਅਸੀਂ ਮੰਗ ਆਹੀ ਕਰਦੇ ਹਾਂ ਜੀ, ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ, ਅਤੇ ਜਿਹੜੀ ਮੁਹੱਲਿਆਂ ਦੇ ਵਿੱਚ ਬੱਚੇ ਪਤੰਗ ਉਡਾ ਰਹੇ ਆ, ਪ੍ਰਸ਼ਾਸਨ ਨੂੰ ਉੱਥੇ ਜਾ ਕੇ ਬੰਦ ਕਰਾਉਣੀ ਚਾਹੀਦੀ ਹੈ, ਪਤੰਗ ਉੱਡਦੀ ਤਾਂ ਵੇਖ ਹੀ ਸਕਦੇ ਹਾਂ ਜੀ ਆਪਾਂ, ਉੱਥੇ ਜਾ ਕੇ ਛਾਪਾਮਾਰੀ ਕਰਨੀ ਜੀ, ਬੰਦ ਕਰਾਉਣੀ ਚਾਹੀਦੀ ਹੈ, ਔਰ ਪਿੱਛੋਂ ਵੀ ਬੰਦ ਕਰਾਉਣੀ ਚਾਹੀਦੀ ਡੋਰ ਜੀ। ਅਤੇ ਬਸ ਬਾਈਕ 'ਤੇ ਬਚਾ ਰਿਹਾ ਸੀ, ਅਤੇ ਚੈਨੀ ਡੋਰ ਸੀ ਉਹਦੇ ਗਲੇ 'ਚ, ਕਿਸ ਤਰ੍ਹਾਂ ਡੀ ਹੈ ਅਤੇ ਬਹੁਤ ਜ਼ਿਆਦਾ ਡੂੰਘਾ ਕੱਟ ਲੱਗਿਆ ਹੈ। ਸਾਡੇ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਇਹ ਸਖ਼ਤ ਕਾਰਵਾਈ ਹੋਣੀ ਚਾਹੀਦੀ, ਚੈਨੀ ਡੋਰ ਵੇਚਦੇ ਨੇ, ਅਤੇ ਇਹਦੇ ਨਾਲ ਨੁਕਸਾਨ ਅੱਜ ਬੱਚੇ ਦਾ ਹੋਇਆ, ਸ਼ਾਇਦ ਕੱਲ੍ਹ ਕਿਸੇ ਹੋਰ ਨਾ ਹੋਵੇ, ਸਾਡੀ ਤਾਂ ਇਹ ਮੰਗ ਹੈ ਪ੍ਰਸ਼ਾਸਨ ਅੱਗੇ। ਬੱਚਾ ਵਿਚਾਰਾ 9th ਕਲਾਸ 'ਚ ਬੱਚਾ ਪੜ੍ਹਦਾ ਹੈ, ਬਾਜ਼ਾਰ ਜਾ ਰਿਹਾ ਸੀਗਾ, ਗਲਾ ਵੱਢਿਆ ਗਿਆ ਅੱਧਾ, ਸੱਜੇ ਪਾਸੇ ਦਾ ਗਲਾ ਵੱਢਿਆ ਗਿਆ ਟੰਗ ਪਤੰਗ ਦੀ ਡੋਰ ਦੇ ਨਾਲ। ਦੇਖੋ ਬੱਚਾ ਉਹਦੀ ਨਾੜ ਜੋ ਕੱਟੀ ਗਈ ਹੈ, ਉਹਦਾ ਗਰਦਨ ਸੱਜੇ ਪਾਸੇ ਤਾਂ ਆਲਮੋਸਟ ਸਾਰੀ ਗਰਦਨ ਕੱਟੀ ਗਈ ਹੈ। ਰੱਬ ਦੀ ਮਿਹਰ ਸੀ, ਜੋ ਵੱਡੀ ਨਾੜ ਦਿਮਾਗ ਨੂੰ ਜਾਂਦੀ ਹੈ ਉਹ ਵੀ ਬਚ ਗਈ ਅਤੇ ਸਾਹ ਦੀ ਨਾੜ ਵੀ ਬਚ ਗਈ, ਲੇਕਿਨ ਬੱਚਤ ਸਿਰ ਸਾਹ ਦੀ ਨਾੜ ਦੇ ਉੱਤੇ ਤਾਂ ਕੱਟ ਲੱਗ ਗਿਆ, ਲੇਕਿਨ ਬੱਚਤ ਇੰਨੀ ਰਹਿ ਗਈ ਕਿ ਵੱਡੀ ਨਾੜ ਕੱਟੀ ਨਹੀਂ ਗਈ। ਇਹ ਖੁਦਕੁਸ਼ਮੀ ਦੀ ਰੱਬ ਦੀ ਮਿਹਰ ਸੀ, ਜੋ ਇਹ ਬੱਚਤ ਰਹਿ ਗਈ। ਇਹਨੂੰ ਲੱਗਣਗੇ 10-15 ਦਿਨ ਲੱਗ ਜਾਣਗੇ ਜੀ ਮਿਨੀਮਮ।
ਦੇਖੋ ਪ੍ਰਸ਼ਾਸਨ ਦੇ ਸਾਹਮਣੇ ਹੈ ਜੀ ਇਹ, ਅਸੀਂ ਰਿਕੁਐਸਟ ਕਰਾਂਗੇ ਪ੍ਰਸ਼ਾਸਨ ਨੂੰ ਕਿ ਇਸ ਚੀਜ਼ ਜੋ ਚੀਜ਼ 'ਤੇ ਬੈਨ ਹੈ ਉਹਨੂੰ ਸਖਤੀ ਨਾਲ ਇੰਪਲੀਮੈਂਟ ਕੀਤਾ ਜਾਏ। ਅੱਜ ਇਹ ਬੱਚਾ ਹੈ, ਭਗਵਾਨ ਦੀ ਮਿਹਰ ਸੀ ਤੋਂ ਬਚ ਗਿਆ, ਲੇਕਿਨ 1% ਵੀ ਇੱਧਰ ਉੱਧਰ ਹੁੰਦਾ ਤੇ ਅੱਜ ਕਿਸੇ ਨੇ ਆਪਦਾ ਬੱਚਾ ਖੋ ਦੇਣਾ ਸੀਗਾ। ਤੇ ਰਿਕੁਐਸਟ ਹੈ ਪ੍ਰਸ਼ਾਸਨ ਨੂੰ ਇਹਦੇ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕਿਸੇ 'ਤੇ ਇਹੋ ਜਿਹਾ ਹਾਦਸਾ ਨਾ ਹੋਵੇ।